ਪੰਜਵੇਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ 136 ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੇ ਚੱਲਦੇ ਵੀਜ਼ਾ ਨਾ ਦੇਣ ਤੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉੱਥੇ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵੱਲੋਂ ਇਸ ਫੈਸਲੇ ਦੀ ਨਿੰਦਾ ਕੀਤੀ ਗਈ ਹੈ। ਇਸ ਸੰਬੰਧੀ ਗੱਲਬਾਤ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਲੀ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਮੌਕੇ ਸੰਗਤਾਂ ਨੂੰ ਪਾਕਿਸਤਾਨ ਸਰਕਾਰ ਵੱਲੋਂ ਵੀਜ਼ਾ ਨਾ ਦੇਣ ਨੂੰ ਲੈ ਕੇ ਸੰਗਤਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ 136 ਸ਼ਰਧਾਲੂਆਂ ਵੱਲੋਂ ਆਪਣੇ ਪਾਸਪੋਰਟ ਜਮ੍ਹਾਂ ਕਰਵਾਏ ਗਏ ਸਨ, ਪਰ ਪਾਕਿਸਤਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵੀਜ਼ਾ ਦੇਣ ਤੋਂ ਮਨਾਹੀ ਕੀਤੀ ਗਈ ਹੈ। ਮਹਿੰਦਰ ਸਿੰਘ ਆਲੀ, ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਪੁਰਬ ਸੀ, ਉੱਥੇ ਸੰਗਤਾਂ ਨਤਮਸਤਕ ਹੋਣ ਵਾਸਤੇ ਲਾਹੌਰ ਜਾਂਦੀਆਂ ਨੇ। ਇਸ ਵਾਰ ਵੀ ਜਥਾ ਜਾਣਾ ਸੀ ਜਿਹਦੇ ਵਿੱਚ ਜਿਹਦੀ ਗਿਣਤੀ 136 ਸੀ, ਪਰੰਤੂ ਪਾਕਿਸਤਾਨ ਸਰਕਾਰ ਵੱਲੋਂ ਜਿਹੜਾ ਜਥੇ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਸਾਡੇ ਜਿਹੜੇ ਇਸ ਡਿਪਾਰਟਮੈਂਟ ਨਾਲ ਸੰਬੰਧਿਤ ਅਧਿਕਾਰੀ ਨੇ, ਉਹਨਾਂ ਦੀ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨਾਲ ਗੱਲ ਹੋਈ ਸੀ, ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਪਾਕਿਸਤਾਨ ਗੌਰਮੈਂਟ ਜਿਹੜੀ ਆ ਕੋਰੋਨਾ ਮਹਾਂਮਾਰੀ ਦੇ ਕਰਕੇ ਇਸ ਜਥੇ ਨੂੰ ਪਾਕਿਸਤਾਨ 'ਚ ਐਂਟਰੀ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ। ਇਸ ਤੋਂ ਪਹਿਲਾਂ ਜਿਹੜਾ ਪਿਛਲੀ ਵਾਰ ਜਥਾ ਗਿਆ ਵਾ ਉਦੋਂ ਵੀ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਜਥੇ ਵਾਸਤੇ। ਅਸੀਂ ਇੱਥੇ ਉਹਨਾਂ ਦੇ ਬਕਾਇਦਾ ਕਰੋਨਾ ਟੈਸਟ ਵੀ ਕਰਵਾਇਆ ਸੀ। ਕਰੋਨਾ ਟੈਸਟ ਕਰਵਾਉਣ ਉਪਰੰਤ ਹੀ ਇਹਨਾਂ ਨੂੰ ਪਾਕਿਸਤਾਨ ਭੇਜਿਆ ਗਿਆ ਸੀ, ਪਰੰਤੂ ਜਦੋਂ ਵਾਪਸ ਪਾਕਿਸਤਾਨ ਤੋਂ ਜਥਾ ਇੰਡੀਆ 'ਚ ਪਰਤਿਆ, ਕਾਫੀ ਤਾਦਾਦ ਦੇ ਵਿੱਚ ਜਿਹੜੇ ਕਰੋਨਾ ਪੋਜ਼ੀਟਿਵ ਪਾਏ ਗਏ ਸੀ ਪੇਸ਼ੈਂਟ। ਇਸ ਸਾਰੇ ਕੁਝ ਨੂੰ ਮੱਦੇਨਜ਼ਰ ਰੱਖਦੇ ਹੋਏ ਹੋ ਸਕਦਾ ਜਿਹੜੀ ਪਾਕਿਸਤਾਨ ਸਰਕਾਰ ਆ ਉਹਨੇ ਇਸੇ ਨੂੰ ਕਰਕੇ ਇਸੇ ਕਰਕੇ ਹੀ ਜਿਹੜਾ ਜਥਾ ਰੱਦ ਕੀਤਾ, ਕਿਉਂਕਿ ਪਿਛਲੀ ਵਾਰ ਜਿਹੜੇ ਕੇਸ ਪੋਜ਼ੀਟਿਵ ਜ਼ਿਆਦਾ ਆਏ ਸੀ। ਕਿੰਨੇ ਲੋਕਾਂ ਵੱਲੋਂ ਅਪਲਾਈ ਕੀਤਾ ਗਿਆ ਸੀ? ਇਸ ਵਾਰ 136 ਲੋਕਾਂ ਵੱਲੋਂ ਅਪਲਾਈ ਕੀਤਾ ਗਿਆ ਸੀ, ਜਿਹਦੀ ਲਿਖਾ ਪੜ੍ਹੀ ਸਾਡੀ ਚੱਲ ਤਾਂ ਰਹੀ ਸੀ, ਪਰੰਤੂ ਉਹਨਾਂ ਦੇ ਜਿਹੜੇ ਵੀਜ਼ੇ ਅਪਲਾਈ ਨਹੀਂ ਸੀ ਕੀਤੇ, ਕਿਉਂਕਿ ਉਹਨਾਂ ਦੀ ਲਿਖਾ ਪੜ੍ਹੀ ਸਾਡੇ ਕੋਲ ਹੀ ਸੀ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਲੱਗਦਾ ਹੈ ਕਿ ਪਾਕਿਸਤਾਨ ਸਰਕਾਰ ਸਿੱਖ ਸ਼ਰਧਾਲੂਆਂ ਨਾਲ ਜਦੋਂ ਜਥੇ ਨੂੰ ਅਪਲਾਈ ਕੀਤਾ ਜਾਂਦਾ ਤਾਂ ਸੋਚ ਵਿਚਾਰ ਜ਼ਿਆਦਾ ਕਰਦੀ ਹੈ, ਕਰੋਨਾ ਦਾ ਹਵਾਲਾ ਦਿੰਦੀ ਹੈ, ਕਦੀ ਕੁਛ ਕਰਦੀ ਹੈ, ਕੁਛ ਇਸ ਤਰ੍ਹਾਂ ਦਾ ਕੁਛ? ਚਲੋ, ਕਰੋਨਾ ਮਹਾਂਮਾਰੀ ਜਿਹੜੀ ਹੈ ਵਰਲਡ ਲੈਵਲ 'ਤੇ ਚੱਲ ਰਹੀ ਆ। ਕੋਈ ਵੀ ਸਰਕਾਰ ਆ, ਕੋਈ ਵੀ ਦੇਸ਼ ਆ, ਉਹ ਆਪਣੇ ਜਿਹੜੇ ਲੋਕ ਨੇ ਉਹਨਾਂ ਦੀ ਸੁੱਖ ਸੁਰੱਖਿਆ ਵਾਸਤੇ ਇਹਨੂੰ ਪਹਿਲ ਦਿੰਦੀ ਆ, ਕਿਉਂਕਿ ਜਿਹੜੀ ਕਰੋਨਾ ਮਹਾਂਮਾਰੀ ਇਹ ਤੋਂ ਹਰ ਲੋਕ ਡਰਦੇ ਨੇ। ਨਹੀਂ, ਜਿਹੜੇ ਪਾਸਪੋਰਟ ਹੈ ਇਹ ਤਾਂ ਸਾਡੇ ਕੋਲ ਜਮ੍ਹਾਂ ਨੇ, ਚਾਹੇ ਸ਼ਰਧਾਲੂ ਆਪਣੇ ਆਣ ਕੇ ਵਾਪਸ ਲੈ ਜਾਣ ਜਾਂ ਜਿਸ ਤੋਂ ਅੱਗੇ ਜਿਹੜਾ ਜਥਾ ਜਾਏਗਾ ਉਹਦੇ ਵਾਸਤੇ ਅਪਲਾਈ ਕਰ ਸਕਦੇ ਨੇ। ਬਿਲਕੁਲ, ਹਰ ਵਾਰਾਂ ਹੀ ਅਸੀਂ ਪਾਕਿਸਤਾਨ ਜਿਹੜੀ ਆ ਅੰਬੈਸੀ ਆ ਉੱਥੇ ਪਾਸਪੋਰਟ ਵੀਜ਼ੇ ਵਾਸਤੇ ਭੇਜਦੇ ਹਾਂ, ਜਦੋਂ ਉੱਥੋਂ ਸਾਨੂੰ ਵੀਜ਼ਾ ਮਿਲ ਜਾਂਦਾ ਫਿਰ ਹੀ ਜਿਹੜਾ ਜਥਾ ਪਾਕਿਸਤਾਨ ਲਈ ਰਵਾਨਾ ਹੁੰਦਾ। ਆਵਾਜ਼ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਾਲੀ ਸ਼ਰਮਾ ਦੀ ਰਿਪੋਰਟ।